ਆ ਦੇਖ ਲਓ ਕਾਂਗਰਸੀ ਸੰਸਦ ਦੇ ਹਾਲ। ਹਾਲੇ ਸੱਤਾ ਹਰਿਆਣੇ ਦੀ ਹੱਥ ਵਿੱਚ ਵੀ ਨਹੀਂ ਆਈ ਕਿ ਪਹਿਲਾਂ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਜੀ ਦੱਸ ਦਈਏ ਕਿ ਇੱਕ ਬਜ਼ੁਰਗ ਵਿਅਕਤੀ ਦੀਪੇਂਦਰ ਹੁੱਡਾ ਦੇ ਕੋਲ ਪਹੁੰਚਿਆ ਸੀ ਆਪਣੀ ਫਰਿਆਦ ਲੈ ਕੇ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇਸ ਸਮੇਂ ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਚੋਣਾਂ ਦਾ ਜੋ ਅਖਾੜਾ ਉਹ ਭਖਿਆ ਹੋਇਆ ਹੈ ਅਤੇ ਇਸੀ ਵਿਚਕਾਰ ਕੈਥਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੀਪੇਂਦਰ ਹੁੱਡਾ ਦੇ ਵੱਲੋਂ ਰੈਲੀ ਕੀਤੀ ਗਈ ਸੀ ਜਿਸ ਦੇ ਵਿੱਚ ਸੰਸਦ ਜੈ ਪ੍ਰਕਾਸ਼ ਵੀ ਪਹੁੰਚੇ ਹੋਏ ਸੀ ਅਤੇ ਇਸੀ ਦੌਰਾਨ ਜਦੋਂ ਉਹ ਸੰਬੋਧਨ ਕਰ ਰਹੇ ਸੀ ਤਾਂ ਸਟੇਜ ਦੇ ਉੱਤੇ ਕਾਫੀ ਜ਼ਿਆਦਾ ਭੀੜ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੰਸਦ ਜੋ ਨੇ ਆਪਣਾ ਆਪਾ ਖੋ ਬਹਿੰਦੇ ਨੇ ਅਤੇ ਇੱਕ ਬਜ਼ੁਰਗ ਵਿਅਕਤੀ ਜਦੋਂ ਦੀਪੇਂਦਰ ਹੁੱਡਾ ਨੂੰ ਮਿਲਣ ਦੇ ਲਈ ਸਟੇਜ ਦੇ ਉੱਤੇ ਪਹੁੰਚਦਾ ਤਾਂ ਥੋੜ੍ਹਾ ਜਿਹਾ ਸੰਸਦ ਦੇ ਨਾਲ ਟੱਚ ਹੋ ਜਾਂਦਾ ਜਿਸ ਤੋਂ ਬਾਅਦ ਸੰਸਦ ਸੰਬੋਧਨ ਕਰਦੇ ਕਰਦੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਪਿੱਛੋਂ ਤੀ ਹੀ ਉਸ ਬਜ਼ੁਰਗ ਦੇ ਲੱਤ ਮਾਰ ਦਿੰਦੇ ਨੇ। ਹਾਲਾਂਕਿ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਸੰਸਦ ਜੈ ਪ੍ਰਕਾਸ਼ ਜਿਨ੍ਹਾਂ ਦਾ ਅਕਸਰ ਹੀ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਅਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹਨਾਂ ਦੇ ਉੱਤੇ ਹੁਣ ਸਵਾਲੀਆ ਚਿੰਨ੍ਹ ਲੱਗਣੇ ਸ਼ੁਰੂ ਹੋ ਚੁੱਕੇ ਨੇ। ਹਾਲਾਂਕਿ ਕਿਸੇ ਵੀ ਕਾਂਗਰਸ ਦੇ ਲੀਡਰ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕਿਉਂਕਿ ਇਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਦੇ ਲੱਤ ਮਾਰੀ ਗਈ ਹੈ। ਇਸ ਤੋਂ ਕੋਈ ਮੁੱਕਰ ਵੀ ਨਹੀਂ ਸਕਦਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਸ ਬਜ਼ੁਰਗ ਦੇ ਲੱਤ ਮਾਰੀ ਗਈ ਹੈ ਉਹ ਇੱਕ ਨਾਮਵਰ ਇਲਾਕੇ ਦਾ ਵਪਾਰੀ ਦੱਸਿਆ ਜਾ ਰਿਹਾ। ਆ ਦੇਖ ਲਓ ਕਾਂਗਰਸੀ ਸੰਸਦ ਦੇ ਹਾਲ। ਹਾਲੇ ਸੱਤਾ ਹਰਿਆਣੇ ਦੀ ਹੱਥ ਵਿੱਚ ਵੀ ਨਹੀਂ ਆਈ ਕਿ ਪਹਿਲਾਂ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਜੀ ਦੱਸ ਦਈਏ ਕਿ ਇੱਕ ਬਜ਼ੁਰਗ ਵਿਅਕਤੀ ਦੀਪੇਂਦਰ ਹੁੱਡਾ ਦੇ ਕੋਲ ਪਹੁੰਚਿਆ ਸੀ ਆਪਣੀ ਫਰਿਆਦ ਲੈ ਕੇ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇਸ ਸਮੇਂ ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਚੋਣਾਂ ਦਾ ਜੋ ਅਖਾੜਾ ਉਹ ਭਖਿਆ ਹੋਇਆ ਹੈ ਅਤੇ ਇਸੀ ਵਿਚਕਾਰ ਕੈਥਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੀਪੇਂਦਰ ਹੁੱਡਾ ਦੇ ਵੱਲੋਂ ਰੈਲੀ ਕੀਤੀ ਗਈ ਸੀ ਜਿਸ ਦੇ ਵਿੱਚ ਸੰਸਦ ਜੈ ਪ੍ਰਕਾਸ਼ ਵੀ ਪਹੁੰਚੇ ਹੋਏ ਸੀ ਅਤੇ ਇਸੀ ਦੌਰਾਨ ਜਦੋਂ ਉਹ ਸੰਬੋਧਨ ਕਰ ਰਹੇ ਸੀ ਤਾਂ ਸਟੇਜ ਦੇ ਉੱਤੇ ਕਾਫੀ ਜ਼ਿਆਦਾ ਭੀੜ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੰਸਦ ਜੋ ਨੇ ਆਪਣਾ ਆਪਾ ਖੋ ਬਹਿੰਦੇ ਨੇ ਅਤੇ ਇੱਕ ਬਜ਼ੁਰਗ ਵਿਅਕਤੀ ਜਦੋਂ ਦੀਪੇਂਦਰ ਹੁੱਡਾ ਨੂੰ ਮਿਲਣ ਦੇ ਲਈ ਸਟੇਜ ਦੇ ਉੱਤੇ ਪਹੁੰਚਦਾ ਤਾਂ ਥੋੜ੍ਹਾ ਜਿਹਾ ਸੰਸਦ ਦੇ ਨਾਲ ਟੱਚ ਹੋ ਜਾਂਦਾ ਜਿਸ ਤੋਂ ਬਾਅਦ ਸੰਸਦ ਸੰਬੋਧਨ ਕਰਦੇ ਕਰਦੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਪਿੱਛੋਂ ਤੀ ਹੀ ਉਸ ਬਜ਼ੁਰਗ ਦੇ ਲੱਤ ਮਾਰ ਦਿੰਦੇ ਨੇ। ਹਾਲਾਂਕਿ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਸੰਸਦ ਜੈ ਪ੍ਰਕਾਸ਼ ਜਿਨ੍ਹਾਂ ਦਾ ਅਕਸਰ ਹੀ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਅਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹਨਾਂ ਦੇ ਉੱਤੇ ਹੁਣ ਸਵਾਲੀਆ ਚਿੰਨ੍ਹ ਲੱਗਣੇ ਸ਼ੁਰੂ ਹੋ ਚੁੱਕੇ ਨੇ। ਹਾਲਾਂਕਿ ਕਿਸੇ ਵੀ ਕਾਂਗਰਸ ਦੇ ਲੀਡਰ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕਿਉਂਕਿ ਇਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਦੇ ਲੱਤ ਮਾਰੀ ਗਈ ਹੈ। ਇਸ ਤੋਂ ਕੋਈ ਮੁੱਕਰ ਵੀ ਨਹੀਂ ਸਕਦਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਸ ਬਜ਼ੁਰਗ ਦੇ ਲੱਤ ਮਾਰੀ ਗਈ ਹੈ ਉਹ ਇੱਕ ਨਾਮਵਰ ਇਲਾਕੇ ਦਾ ਵਪਾਰੀ ਦੱਸਿਆ ਜਾ ਰਿਹਾ।